ਤਰੀਕ ਦੀ ਸ਼ਾਮ 5 ਵਜੇ ਦੇ ਕਰੀਬ ਨੰਗਲ ਵਿੱਚ ਇੱਕ ਮਰਡਰ ਹੋਇਆ ਸੀਗਾ, ਜਿਹਦੇ ਵਿੱਚ ਸਾਡੇ ਵਿਸ਼ਵ ਹਿੰਦੂ ਪਰਿਸ਼ਦ ਦੇ ਜਿਹੜੇ ਪ੍ਰਧਾਨ ਹੈਗੇ ਨੰਗਲ ਦੇ, ਉਹਨਾਂ ਦਾ ਮਰਡਰ 2 ਅਸੈਲੈਂਟਸ ਨੇ ਆ ਕਰਕੇ ਕਰਤਾ ਸੀਗਾ। ਉਸ ਸਿਲਸਿਲੇ 'ਚ ਸਾਡੀ ਤਫਤੀਸ਼ ਜਿਹੜੀ ਹੈਗੀ ਹੈ ਉਹ ਨਾਲ ਦੇ ਨਾਲ ਸਟਾਰਟ ਕਰਤੀ ਗਈ ਸੀ ਟੀਮਾਂ ਬਣਾ ਕਰਕੇ, ਔਰ ਸਾਡੀ ਟੀਮਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਕੰਮ ਕਰਦਿਆਂ ਹੋਇਆ ਜਿਹੜਾ ਹੈਗਾ ਉਹ ਬੰਦੇ ਆਈਡੈਂਟੀਫਾਈ ਕਰ ਲਏ ਹੈਗੇ ਨੇ, ਔਰ ਅੱਜ ਉਹਨਾਂ ਦੀ ਗ੍ਰਿਫਤਾਰੀ ਵੀ ਕਰ ਲਈ ਹੈਗੀ ਹੈ। ਇਹਦੇ ਵਿੱਚ 2 ਬੰਦੇ ਜਿਹੜੇ ਹੈਗੇ ਨੇ, ਇੱਕ ਹੈਗਾ ਮਨਦੀਪ ਸਿੰਘ ਉਰਫ ਮੰਗੀ ਅਤੇ ਦੂਜਾ ਹੈਗਾ ਸੁਰਿੰਦਰ ਸਿੰਘ ਉਰਫ ਰਿੱਕਾ। ਇਹ ਦੋਨੋਂ ਜਿਹੜੇ ਸਲੋਹ ਪਿੰਡ ਦੇ ਰਹਿਣ ਵਾਲੇ ਹੈਗੇ ਨੇ, ਨਵਾਂਸ਼ਹਿਰ SBS ਨਗਰ ਦੇ। ਇਹਨਾਂ ਦਾ ਅਪਰਾਧਿਕ ਪਿਛੋਕੜ ਹੈਗਾ, ਪਹਿਲਾਂ ਵੀ ਇਹਨਾਂ 'ਤੇ NDPS ਐਕਟ ਦੇ, ਆਰਮਸ ਐਕਟ ਦੇ ਖੋਹਾਂ ਦੇ ਪਰਚੇ ਹੈਗੇ ਨੇ, ਔਰ ਇਹਨਾਂ ਦੇ ਕੋਲੋਂ ਜਦੋਂ ਆਪਾਂ ਇਹਨਾਂ ਨੂੰ ਫੜਿਆ ਹੈਗਾ, 2 ਵੈਪਨ ਜਿਹੜੇ ਹੈਗੇ ਨੇ, 32 ਬੋਰ ਦੇ ਰਿਵਾਲਵਰ ਆਪਾਂ ਨੂੰ ਪਿਸਟਲ ਜਿਹੜੇ ਹੈਗੇ ਨੇ ਉਹ ਬਰਾਮਦ ਹੋਏ ਨੇ, ਅਤੇ ਨਾਲ ਕੁਝ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹੈਗੇ। ਇੱਕ ਜਿਹੜੀ ਵਹੀਕਲ ਜਿਹੜਾ TVS ਜੁਪੀਟਰ ਯੂਜ ਕੀਤਾ ਗਿਆ ਸੀਗਾ ਕ੍ਰਾਈਮ ਵਿੱਚ, ਉਹ ਵੀ ਇਹਨਾਂ ਦੇ ਕੋਲੋਂ ਬਰਾਮਦ ਹੋ ਗਿਆ। ਜਿਹੜਾ ਹੁਣ ਤੱਕ ਦੀ ਇੰਟਰੋਗੇਸ਼ਨ ਹੈਗੀ, ਹੁਣ ਤੱਕ ਦਾ ਇਹਨਾਂ ਦਾ ਡਿਸਕਲੋਜ਼ਰ ਹੈਗਾ ਹੈ, ਉਸ ਬੇਸ 'ਤੇ ਇਹਨਾਂ ਦਾ ਇਹ ਕਲੀਅਰ ਹੋ ਗਿਆ ਕਿ ਇਹ ਦਹਿਸ਼ਤਗਰਦ ਦਾ ਮੋਡਿਊਲ ਹੈਗਾ, ਔਰ ਬਾਹਰਲੀ ਐਂਟੀਟੀਜ਼ ਜਿਹੜੀਆਂ ਹੈਗੀਆਂ ਨੇ, ਪੋਰਚੁਗਲ ਬੇਸਡ, ਪਾਕਿਸਤਾਨ ਬੇਸਡ ਐਂਟੀਟੀਜ਼ ਜਿਹੜੀਆਂ ਹੈਗੀਆਂ ਨੇ, ਉਹੀ ਇਹਨੂੰ ਚਲਾ ਰਹੀਆਂ ਸੀਗੀਆਂ। ਦੇ ਵਰ ਜਸਟ ਫੁੱਟ ਸੋਲਜਰਸ, ਜਿਹੜੀ ਔਰਗਨਾਈਜੇਸ਼ਨ ਪਿੱਛੇ ਇਨਵੋਲਵ ਹੈਗੀ ਹੈ ਉਹਦੇ ਬਾਰੇ ਹੁਣ ਤਫਤੀਸ਼ ਸਾਡੀ ਜਾਰੀ ਹੈਗੀ ਹੈ, ਕਿਹੜੇ ਬੰਦੇ ਬਾਹਰ ਬੈਠੇ ਜਿਹੜੇ ਇਹਨੂੰ ਆਪਰੇਟ ਕਰ ਰਹੇ ਸੀਗੇ, ਜਿਹੜੇ ਇਹ ਫੁੱਟ ਸੋਲਜਰਸ ਹੈਗੇ ਨੇ, ਮੇਅਰ ਆਪਰੇਟਿਵਸ ਹੈਗੇ ਨੇ, ਜਿਹੜੇ ਬੰਦੇ ਬਾਹਰ ਬੈਠੇ ਹੋਏ ਨੇ ਉਹੀ ਇਹਨੂੰ ਜਿਹੜਾ ਹੈਗਾ ਪੂਰੀ ਤਰੀਕੇ ਨਾਲ ਸੰਚਾਲਿਤ ਕਰਦੇ ਪਏ ਸੀ। ਦੇਖੋ ਜੀ, ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੇਸਿਕਲੀ ਜਿਹੜਾ ਹੈਗਾ, ਇਹ ਬੰਦੇ ਜਿਹੜੇ ਹੈਗੇ ਨੇ ਹਾਇਰ ਕੀਤੇ ਗਏ ਸੀਗੇ ਫੁੱਟ ਸੋਲਜਰਸ, ਇਹਨਾਂ ਨੂੰ ਪੈਸੇ ਅਤੇ ਵੈਪਨ ਬਾਹਰੋਂ ਪ੍ਰੋਵਾਈਡ ਕਰਾਏ ਗਏ ਸੀ, ਅਤੇ ਹੁਣ ਕਿਹੜੇ ਬੇਸ 'ਤੇ ਜਿਹੜਾ ਹੈਗਾ ਟਾਰਗੇਟ ਦਾ ਸਿਲੈਕਸ਼ਨ ਹੋਇਆ ਹੈਗਾ, ਕਿਉਂ ਹੋਇਆ ਹੈਗਾ, ਇਹ ਸਾਡੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੇ 'ਚ ਆਊਗਾ, ਕਿਹੜਾ ਟੈਰਿਸਟ ਆਰਗੇਨਾਈਜੇਸ਼ਨ ਇਹਦੇ 'ਚ ਇਨਵੋਲਵ ਹੈ ਉਹਦੇ ਬਾਰੇ ਵੀ ਜਿਹੜਾ ਹੈ ਤੁਹਾਡੇ ਨਾਲ ਬਾਅਦ ਵਿੱਚ ਖੁਲਾਸਾ ਕਰਾਂਗੇ। ਸਰ, ਇਹਨਾਂ ਨੇ ਕੋਈ ਪਹਿਲਾਂ ਵੀ ਵਾਰਦਾਤ ਕੀਤੀ ਹੈ ਇਸ ਤੋਂ ਪਹਿਲਾਂ? ਮੈਂ ਤੁਹਾਨੂੂੰ ਦੱਸਿਆ ਕਿ ਇਸ ਤੋਂ ਪਹਿਲਾਂ ਇਹਨਾਂ ਦਾ ਅਪਰਾਧਿਕ ਪਿਛੋਕੜ ਹੈਗਾ, ਸਨੈਚਿੰਗਸ ਦੇ ਵੀ ਪਰਚੇ ਹੈਗੇ ਨੇ, ਆਰਮਸ ਐਕਟ ਦੇ ਵੀ ਹੈਗੇ, NDPS ਐਕਟ ਦੇ ਵੀ ਹੈਗੇ ਨੇ, ਔਰ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਟਾਰਗੇਟ ਕਿਲਿੰਗ ਵਿੱਚ ਇਨਵੋਲਵਡ ਹੈ ਜਾਂ ਨਹੀਂ ਹੈ ਉਸ ਬਾਰੇ ਸਾਡੀ ਤਫਤੀਸ਼ ਜਿਹੜੀ ਜਾਰੀ ਹੈਗੀ ਹੈ, ਜੋ ਵੀ ਉਹਦੇ 'ਚ ਕੋਈ ਵੀ ਇਨਵੈਸਟੀਗੇਸ਼ਨ ਦੌਰਾਨ ਗੱਲ ਆਏਗੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ।